ਦੋਸਤੋ 10 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਜੋ ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਪੰਜਾਬ ਸਰਕਾਰ ਉਹਦੇ ਵਿਰੋਧ ਦੇ ਵਿੱਚ ਜਿਹੜਾ ਆਪਾਂ ਰੋਸ ਪ੍ਰਦਰਸ਼ਨ ਕੀਤਾ ਸੀ, ਸਭ ਤੋਂ ਪਹਿਲਾਂ ਤਾਂ ਜਿਸ ਜੋਸ਼ ਨਾਲ ਜਿਸ ਜਜ਼ਬੇ ਨਾਲ ਤੁਸੀਂ ਹੁੰਮ ਹੁਮਾ ਕੇ ਪਹੁੰਚੇ ਛੋਟੇ ਸੱਦੇ 'ਤੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ। ਅਤੇ ਤੁਸੀਂ ਇਹ ਦੱਸਤਾ ਉਸ ਦਿਨ ਕਿ ਜੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੋਈ ਸੱਦਾ ਦਿੰਦੀ ਹੈ ਤਾਂ ਜਿਹੜੇ ਉਹਦੇ ਵਲੰਟੀਅਰ ਨੇ ਅਹੁਦੇਦਾਰ ਨੇ ਉਹ ਆਪ ਮੁਹਾਰੇ ਚੱਲ ਕੇ ਆਉਂਦੇ ਨੇ, ਔਰ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ, ਕਿਉਂਕਿ ਬਿਜਲੀ ਦਾ ਬਿੱਲ ਜਿਹੜਾ ਉਹ ਹਰ ਇੱਕ ਦੀ ਪ੍ਰੋਬਲਮ ਹੈ। ਇਹ ਇਕੱਲੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਲੰਟੀਅਰ ਜਾਂ ਅਹੁਦੇਦਾਰ ਉਹਨਾਂ ਦੇ ਘਰਾਂ 'ਚ ਇਕੱਲੇ ਮੀਟਰ ਨਹੀਂ ਲੱਗੇ ਹੋਏ, ਮੀਟਰ ਤਾਂ ਕਾਂਗਰਸੀਆਂ ਅਤੇ ਅਕਾਲੀਆਂ ਦੇ ਵੀ ਲੱਗੇ ਹੋਏ ਨੇ। ਸੋ ਸਾਰਿਆਂ ਦੀ ਪ੍ਰੋਬਲਮ ਹੈ ਇਹ। ਸੋ ਉਹਦਾ ਅਸਰ ਜਿਹੜਾ ਹੁਣ ਦਿਸਣ ਲੱਗਿਆ, ਮੈਨੂੰ ਪਤਾ ਲੱਗਿਆ ਕਿ ਸਰਕਾਰ ਜਿਹੜਾ ਉਹ ਹੁਣ ਰਿਵਿਊ, ਕਿਉਂਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਰੈਜੋਲਿਊਸ਼ਨ ਲਿਆਂਦਾ ਜਾਊਗਾ ਕਿ ਰਿਵਿਊ ਕਰੋ ਜਿਹੜੇ ਉਹ ਜਿਹੜੇ ਐਗਰੀਮੈਂਟ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ। ਸੋ ਮੈਂ ਇੱਕ ਗੱਲ ਹੋਰ ਕਰਨੀ ਹੈ ਕਿ ਉਸ ਦਿਨ ਕਿਉਂਕਿ ਪਾਣੀ ਦੀਆਂ ਬਿਸ਼ਾਰਾਂ, ਉਹ ਤੋਂ ਬਾਅਦ ਜਿਸ ਤਰੀਕੇ ਨਾਲ ਉੱਥੇ ਪੁਲਿਸ ਨੇ ਸਾਡੇ ਨਾਲ ਬਿਹੇਵ ਕੀਤਾ, ਬਹੁਤ ਸਾਰੇ ਵਲੰਟੀਅਰ ਜ਼ਖਮੀ ਵੀ ਹੋਏ ਨੇ, ਜਿਨ੍ਹਾਂ 'ਚੋਂ ਕੁਛ ਤਾਂ ਸਾਡੇ ਸੰਪਰਕ 'ਚ ਨੇ, ਉਹਨਾਂ ਦਾ ਇਲਾਜ ਚੱਲ ਰਿਹਾ। ਕਈ ਇਹੋ ਜਿਹੇ ਨੇ ਜਿਹੜੇ ਸ਼ਾਇਦ ਚਲੇ ਗਏ ਉਸ ਦਿਨ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਸੰਗਰੂਰ ਵਾਲੇ ਦਫ਼ਤਰ ਦੇ ਵਿੱਚ ਸੰਪਰਕ ਕਰ ਲੈਣ, ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ। ਕਿਉਂਕਿ ਤੁਸੀਂ ਪਾਰਟੀ ਲਈ ਆਏ ਹੋ, ਤੁਸੀਂ ਪੰਜਾਬ ਵਾਸਤੇ ਆਏ ਹੋ, ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਬਾਅਦ 'ਚ ਛੱਡ ਦਈਏ ਕਿ ਤੁਸੀਂ ਆਪਦਾ ਇਲਾਜ ਆਪ ਕਰਾਓ। ਦੋ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਦੀ ਅੱਖ ਦੇ ਉੱਤੇ ਸੱਟ ਹੈ, ਉਹਨਾਂ ਦਾ ਇਲਾਜ ਚੱਲ ਰਿਹਾ, ਕਿਉਂਕਿ ਉਹ ਜਿਹੜਾ ਪ੍ਰੈਸ਼ਰ ਸੀਗਾ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਸੀਗਾ। ਸੋ ਇੱਕ ਪੰਜ ਗਰਾਈਆਂ ਤੋਂ ਮੁੰਡਾ ਸੀਗਾ, ਉਹਦੇ ਮੋਢੇ ਦੀ ਪ੍ਰੋਬਲਮ ਆ ਗਈ ਸੀ, ਉਹਦਾ ਮੋਢਾ ਕਾਫੀ ਮੇਰੇ ਖਿਆਲ 'ਚ ਫ੍ਰੈਕਚਰ ਹੋ ਗਿਆ। ਸੋ ਜੇ ਕਿਸੇ ਦੀ ਵੀ ਉਸ ਦਿਨ ਕੋਈ ਸੱਟ ਵੱਜੀ ਹੈ, ਕੋਈ ਇਲਾਜ ਕਰਾਉਣਾ ਚਾਹੁੰਦੇ ਹੋ, ਜਾਂ ਤੁਸੀਂ ਲੋਕਲ ਜਿੱਥੇ ਦੇ ਹੈਗੇ ਹੋ ਤੁਸੀਂ ਉੱਥੇ ਸੰਪਰਕ ਕਰ ਲਓ ਕਿਸੇ ਅਹੁਦੇਦਾਰ ਨਾਲ, ਉਹ ਸਾਡੇ ਨਾਲ ਗੱਲ ਕਰ ਲੈਣਗੇ। ਅਤੇ ਅਸੀਂ ਤੁਹਾਡਾ, ਮੈਂ ਇੱਕ ਵਾਰੀ ਫਿਰ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਉਸ ਦਿਨ ਜਿਹੜੇ ਤੁਸੀਂ ਆਲੋਚਕਾਂ ਦੇ ਮੂੰਹ ਬੰਦ ਕਰਤੇ, ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਖਿੰਡ ਗਈ ਜੀ, ਐਂ ਨਹੀਂ ਜੀ, ਉਹ ਨਹੀਂ ਜੀ, ਉਹ ਸਾਰਿਆਂ ਦੇ ਤੁਸੀਂ ਮੂੰਹ ਬੰਦ ਕਰਤੇ ਕਿ ਚੰਡੀਗੜ੍ਹ ਦੇ ਵਿੱਚ ਐਡਾ ਵੱਡਾ ਪ੍ਰਦਰਸ਼ਨ ਜਿਹੜਾ ਕਰਕੇ ਆਪਾਂ ਸਰਕਾਰ ਦੀਆਂ ਜੜ੍ਹਾਂ ਹਿਲਾਤੀਆਂ, ਔਰ ਇਹ ਅੰਦੋਲਨ ਹਜੇ ਲੰਬਾ ਚੱਲੂਗਾ, ਇਹ ਸੰਘਰਸ਼ ਲੰਬਾ ਚੱਲੂਗਾ, ਜਿੰਨਾ ਚਿਰ ਆਪਾਂ ਇਹਦਾ ਕੋਈ ਰਿਜ਼ਲਟ ਨਹੀਂ ਕੱਢਦੇ। ਜੋ ਮਕਸਦ ਹੈ ਕਿ ਬਿਜਲੀ ਦੇ ਬਿੱਲਾਂ ਦੀਆਂ ਜਿਹੜੀਆਂ ਵਧੀਆਂ ਹੋਈਆਂ ਦਰਾਂ ਨੇ ਉਹ ਵਾਪਸ ਲੈ ਕੇ ਸਸਤੀ ਕਰੋ ਬਿਜਲੀ, ਜਿੰਨਾ ਚਿਰ ਇਹ ਪੰਜਾਬ ਦੇ ਵਿੱਚ ਬਿਜਲੀ ਦਾ ਜਿਹੜਾ ਅੰਦੋਲਨ ਹੈ ਉਹ ਆਪਣੀ ਕਾਮਯਾਬੀ 'ਤੇ ਨਹੀਂ ਪਹੁੰਚਦਾ, ਉਹਨਾਂ ਚਿਰ ਆਪਾਂ ਚੈਨ ਨਾਲ ਨਹੀਂ ਬਹਿਣਾ। ਸੋ ਆਉਣ ਵਾਲੇ ਦਿਨਾਂ 'ਚ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਪ੍ਰੋਗਰਾਮ, ਕੀ ਜਿਹੜੀ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਡਿਸਾਈਡ ਹੋਊਗਾ। ਅਤੇ ਹੁਣ ਦਿੱਲੀ ਦੀ ਇਲੈਕਸ਼ਨ ਆ ਰਹੀ ਹੈ, ਜੇ ਦਿੱਲੀ ਤੁਸੀਂ ਪ੍ਰਚਾਰ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣੇ ਕਿਸੇ ਵੀ MLA ਨਾਲ ਜਾਂ ਸੰਪਰਕ ਕਰ ਲਓ ਆਪਣੇ ਅਹੁਦੇਦਾਰਾਂ ਨਾਲ, ਉੱਥੇ ਦਿੱਲੀ ਜਿਹੜਾ ਪ੍ਰਚਾਰ ਕਰਾਂਗੇ, ਔਰ ਦਿੱਲੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਜਿੱਤ ਰਹੇ ਹਾਂ। ਸੋ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਸਾਰਿਆਂ ਦਾ, ਔਰ ਜੇ ਕੋਈ ਤੁਹਾਨੂੰ ਕੋਈ ਕਠਿਨਾਈ ਉਸ ਦਿਨ ਕੋਈ ਆਈ ਹੋਵੇ ਜਾਂ ਕੋਈ ਸਾਡੇ ਵੱਲੋਂ ਕੋਈ ਮੇਜ਼ਬਾਨੀ 'ਚ ਕਮੀ ਰਹਿ ਗਈ ਹੋਵੇ ਤਾਂ ਅਸੀਂ ਮਾਫ਼ੀ ਮੰਗਦੇ ਹਾਂ, ਅਤੇ ਅੱਗੇ ਤੋਂ ਹੋਰ ਵੀ ਬੈਟਰ ਤਰੀਕੇ ਨਾਲ, ਹੋਰ ਵੀ ਔਰਗੇਨਾਈਜ਼ ਤਰੀਕੇ ਨਾਲ ਕਰਨ ਦੀ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਦਿਲੋਂ ਪੰਜਾਬ ਦੀ ਜਿਹੜੀ ਹੈ ਸੇਵਾ ਕਰਨੀ ਹੈ, ਪੰਜਾਬ ਦੇ ਹਿੱਤ ਵੱਡੇ ਨੇ, ਆਪਣੇ ਛੋਟੇ ਛੋਟੇ ਹਿੱਤ ਬਹੁਤ ਬਹੁਤ ਛੋਟੇ ਨੇ, ਨਿੱਜੀ ਹਿੱਤ। ਸੋ ਬਹੁਤ ਬਹੁਤ ਮਿਹਰਬਾਨੀ, ਜਿੱਥੇ ਵੀ ਹੋ ਕਾਇਮ ਰਹੋ, ਔਰ ਨਵੇਂ ਸਾਲ ਦੀਆਂ ਇੱਕ ਵਾਰੀ ਫਿਰ ਵਧਾਈਆਂ, ਔਰ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਸਾਲ 'ਚ ਹੋਰ ਚੜ੍ਹਾਈਆਂ 'ਤੇ ਜਾਊਗੀ। ਇਨਕਲਾਬ ਜ਼ਿੰਦਾਬਾਦ।